ਸਤਿ ਸ਼੍ਰੀ ਅਕਾਲ ਮੈਂ ਪੁਰਨੀਤ ਕੌਰ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ 30 ਮਿੰਟ ਦੇ ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਪ੍ਰੋਗਰਾਮ ਦੀਆਂ ਖਾਸ ਝਲਕੀਆਂ ਤੇ 18 ਅਪ੍ਰੈਲ ਦਿਨ ਸ਼ਨੀਵਾਰ ਨੂੰ ਕਰੰਦਰ ਚ ਗੁਰੂ ਘਰ ਵਿਖੇ ਕਰਵਾਇਆ ਜਾਵੇਗਾ ਬੱਚਿਆਂ ਦਾ ਵਿਸਾਖੀ ਮੇਲਾ ਬਾਬਾ ਬੁੱਢਾ ਜੀ ਸੋਸਾਇਟੀ ਆਫ ਬਾਲਟੀਮੋਰ ਵੱਲੋਂ ਮਨਾਇਆ ਗਿਆ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਿੱਖ ਅਮੈਰੀਕਨ ਚੈਂਬਰ ਆਫ ਕਮਰਸ ਵੱਲੋਂ 20 ਮਾਰਚ ਨੂੰ ਕਰਵਾਇਆ ਗਿਆ ਗਾਲਾ ਇਵੈਂਟ ਤੇ ਹੁਣ ਪ੍ਰੋਗਰਾਮ ਵਿਸਥਾਰ ਨਾਲ ਗੁਰਬਾਣੀ ਵਿੱਚ ਲਿਖਿਆ ਹੱਸਣ ਖੇਡਣ ਮਨ ਕਾ ਚਾਓ ਤੇ ਜਦੋਂ ਬੱਚੇ ਹੱਸਦੇ ਖੇਡਦੇ ਨੇ ਤਾਂ ਬਿਲਕੁਲ ਰੱਬ ਦਾ ਰੂਪ ਜਾਪਦੇ ਨੇ ਇਸੇ ਭਾਵਨਾ ਨੂੰ ਮੁੱਖ ਰੱਖਦਿਆਂ ਬੱਚਿਆਂ ਲਈ ਖਾਸ ਵਿਸਾਖੀ ਦਾ ਮੇਲਾ 18 ਅਪ੍ਰੈਲ ਦਿਨ ਸ਼ਨੀਵਾਰ ਕਰੰਦਰ ਚ ਗੁਰੂ ਘਰ ਵਿਖੇ ਕਰਵਾਇਆ ਜਾ ਰਿਹਾ ਹੈ ਖੇਤੀਬਾੜੀ ਵਾਲੇ ਹਰਿਆਲੀ ਬਖੇਰ ਦੇ ਫ੍ਰਿਜ਼ਨੋ ਦੇ ਨਜ਼ਦੀਕੀ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਕਰੰਦਰਸ ਦੇ ਗੁਰਦੁਆਰਾ ਸਾਹਿਬ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ 22ਵਾਂ ਬੱਚਿਆਂ ਦਾ ਵਿਸਾਖੀ ਮੇਲਾ ਬੜੀ ਧੂਮਧਾਮ ਦੇ ਨਾਲ 18 ਅਪ੍ਰੈਲ ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਦੇ ਨਾਲ ਜੋੜਨ ਲਈ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ ਜਿਨ੍ਹਾਂ ਵਿੱਚ ਕੀਰਤਨ ਗਾਇਕੀ ਕਵਿਸ਼ਰੀ ਗਿੱਧਾ ਭੰਗੜਾ ਤੇ ਹੋਰ ਬਹੁਤ ਕੁਝ ਮੁੱਖ ਆਕਰਸ਼ਣ ਹੋਣਗੇ ਇਸ ਮੇਲੇ ਦੀ ਸ਼ੁਰੂਆਤ ਗੁਰੂ ਘਰ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਗੁਰਮਤਿ ਸਮਾਗਮ ਦੇ ਨਾਲ ਹੋਵੇਗੀ ਇਸ ਸੰਬੰਧੀ ਮੇਲੇ ਦੇ ਸਮੂਹ ਪ੍ਰਬੰਧਕਾਂ ਦੀ ਇੱਕ ਖਾਸ ਮੀਟਿੰਗ ਗੁਰੂ ਘਰ ਵਿੱਚ ਹੋਈ ਏ ਜਿਸ ਵਿੱਚ ਇਹ ਤੈਅ ਕੀਤਾ ਗਿਆ ਹੈ ਕਿ ਬੱਚਿਆਂ ਦੇ ਨਾਲ ਨਾਲ ਬਜ਼ੁਰਗਾਂ ਦੀਆਂ ਖੇਡਾਂ ਦਾ ਵੀ ਖਾਸ ਪ੍ਰਬੰਧ ਕੀਤਾ ਜਾਵੇਗਾ ਇਸੇ ਤਰ੍ਹਾਂ ਪੁਰਾਤਨ ਰਵਾਇਤੀ ਵਸਤੂਆਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਤੇ ਇਸ ਤੋਂ ਇਲਾਵਾ ਫ੍ਰੀ ਮੈਡੀਕਲ ਚੈੱਕਅਪ ਵੱਖੋ ਵੱਖਰੀਆਂ ਕੰਪਨੀਆਂ ਦੇ ਬੂਥ ਅਤੇ ਨੁਮਾਇਸ਼ਾਂ ਆਦਿ ਹੋਣਗੇ ਗੁਰੂ ਘਰ ਦੇ ਅੰਦਰ ਫ੍ਰੀ ਪਾਰਕਿੰਗ ਅਤੇ ਲੰਗਰਾਂ ਦੇ ਪ੍ਰਬੰਧ ਵੀ ਹੋਣਗੇ ਮੇਲੇ ਦਾ ਸਿੱਧਾ ਪ੍ਰਸਾਰਣ ਗਲੋਬਲ ਪੰਜਾਬ ਟੀਵੀ ਦੁਆਰਾ ਵਿਖਾਇਆ ਜਾਵੇਗਾ ਤੇ ਇਸ ਸਮੇਂ ਗਲੋਬਲ ਪੰਜਾਬ ਟੀਵੀ ਵੱਲੋਂ ਮੇਲੇ ਦੇ ਪ੍ਰਬੰਧਕਾਂ ਵਿੱਚੋਂ ਸਰਦਾਰ ਰਸ਼ਪਾਲ ਸਿੰਘ ਚਰਨਜੀਤ ਸਿੰਘ ਬਾਠ ਅਤੇ ਬਲਜਿੰਦਰ ਸਿੰਘ ਗਰੇਵਾਲ ਦੇ ਨਾਲ ਗੱਲਬਾਤ ਕੀਤੀ ਗਈ ਹਰੇਕ ਸਾਲ ਦੀ ਤਰ੍ਹਾਂ 22ਵਾਂ ਬੱਚਿਆਂ ਦਾ ਵਿਸਾਖੀ ਮੇਲਾ ਮਨਾਇਆ ਜਾਵੇਗਾ ਸਰਦਾਰ ਚਰਨਜੀਤ ਸਿੰਘ ਬਾਠ ਹੋਰ ਕਮੇਟੀ ਦੇ ਸਾਰੇ ਮੈਂਬਰ ਇੱਥੇ ਇਕੱਤਰ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 18 ਅਪ੍ਰੈਲ ਨੂੰ ਸ਼ਨੀਚਰਵਾਰ ਨੂੰ ਸਭ ਇਲਾਕਾ ਨਿਵਾਸੀ ਦੂਰ ਨੇੜੇ ਦੀ ਸੰਗਤ ਨੇ ਹੁਮਮ ਆ ਕੇ ਪੁੱਜੋ ਜੀ ਅਤੇ ਮੇਲੇ ਦੀ ਰੌਣਕ ਵਧਾਓ ਜੀ ਸਤਿ ਸੰਗਤ ਅੱਗੇ ਬੇਨਤੀ ਕਰਦੇ ਹਾਂ ਕਿ ਜਿਹੜਾ ਇਹ 22ਵਾਂ ਮੇਲਾ ਬੜੇ ਚਿਰ ਤੋਂ ਬੜੀ ਖੁਸ਼ੀ ਨਾਲ ਅਸੀਂ ਮਨਾਉਂਦੇ ਹਾਂ ਇਹਦੇ 'ਤੇ ਆਉਣ ਦੀ ਸਾਰੀ ਇਲਾਕੇ ਦੀ ਕੈਲੀਫੋਰਨੀਆ ਦੀ ਸੰਗਤ ਨੂੰ ਸਿੱਧਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਅਤੇ ਉਹ 'ਤੇ ਆ ਕੇ ਰੌਣਕ ਵਧਾਓ ਆਪ ਸਭ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਹਮ ਆ ਕੇ ਆਪਣੇ ਬੱਚਿਆਂ ਨੂੰ ਇਸ ਮੇਲੇ ਵਿੱਚ ਸ਼ਾਮਿਲ ਕਰੋ ਅਸੀਂ ਜੋ ਬੱਚੇ ਆ ਰਹੇ ਆ ਉਹਨਾਂ ਦਾ ਉਤਸ਼ਾਹ ਵਧਾਉਣ ਲਈ ਗੇਮਾਂ ਕਰਾ ਰਹੇ ਹਾਂ ਤੇ ਕਲਚਰ ਪ੍ਰੋਗਰਾਮ ਭੰਗੜੇ ਦਾ ਪ੍ਰੋਗਰਾਮ ਕਰਾ ਰਹੇ ਹਾਂ ਫ੍ਰਿਜ਼ਨੋ ਤੋਂ ਕੁਲਵੰਤ ਉਭੀ ਤਾਲੀਆਂ ਦੇ ਨਾਲ ਬਿੰਦਰਪਾਲ ਗਲੋਬਲ ਪੰਜਾਬ ਟੀਵੀ ਲਈ ਬਾਹਰਲੇ ਮੁਲਕਾਂ ਵਿੱਚ ਸਿੱਖ ਸੰਗਤ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਵੱਖ ਵੱਖ ਜਥੇਬੰਦੀਆਂ ਵੱਲੋਂ ਧਾਰਮਿਕ ਪ੍ਰੋਗਰਾਮ ਉਲੀਕੇ ਜਾਂਦੇ ਨੇ ਇਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ ਦਿੱਲੀ ਦਿਵਸ ਮਨਾਇਆ ਗਿਆ ਨਿਊਯਾਰਕ ਦੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਸਮੇਂ ਸਮੇਂ ਤੇ ਵੱਖੋ ਵੱਖਰੀਆਂ ਜਥੇਬੰਦੀਆਂ ਵੱਲੋਂ ਧਾਰਮਿਕ ਪ੍ਰੋਗਰਾਮ ਉਲੀਕ ਕੇ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ ਇਸੇ ਤਹਿਤ 22 ਮਾਰਚ ਦਿਨ ਐਤਵਾਰ ਨੂੰ ਸੰਤ ਬਾਬਾ ਪ੍ਰੇਮ ਸਿੰਘ ਕਲਚਰਲ ਸੁਸਾਇਟੀ ਵੱਲੋਂ ਦਿੱਲੀ ਫਤਿਹ ਦਿਵਸ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ 'ਚ ਸੰਗਤਾਂ ਨੇ ਪਹੁੰਚ ਕੇ ਉਹਨਾਂ ਸੂਰਬੀਰ ਯੋਧਿਆਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਦਿੱਲੀ ਫਤਿਹ ਕਰਕੇ ਖਾਲਸਾ ਰਾਜ ਸਥਾਪਿਤ ਕੀਤਾ ਸੀ ਅੱਜ ਤੋਂ ਤਕਰੀਬਨ 232 ਸਾਲ ਪਹਿਲਾਂ ਸਿੱਖ ਪੰਥ ਦੇ ਮਹਾਨ ਸੂਰਬੀਰ ਯੋਧੇ ਭਾਈ ਬਘੇਲ ਸਿੰਘ ਜੀ ਭਾਈ ਜੱਸਾ ਸਿੰਘ ਜੀ ਰਾਮਗੜੀਆ ਭਾਈ ਜੱਸਾ ਸਿੰਘ ਜੀ ਆਲੂਵਾਲੀਆ ਅਤੇ ਹੋਰ ਕਈ ਸੂਰਬੀਰ ਯੋਧਿਆਂ ਨੇ ਸਿੱਖੀ ਦੀ ਆਣ ਬਾਣ ਨੂੰ ਦਰਸਾਉਂਦੇ ਹੋਏ ਕੇਸਰੀ ਨਿਸ਼ਾਨ ਸਾਹਿਬ ਦਿੱਲੀ ਦੇ ਲਾਲ ਕਿਲੇ ਤੇ ਚੜ੍ਹਾਇਆ ਤੇ ਦਿੱਲੀ ਨੂੰ ਫਤਿਹ ਕੀਤਾ ਇਸ ਮੌਕੇ ਤੇ ਸੰਤ ਬਾਬਾ ਪ੍ਰੇਮ ਸਿੰਘ ਕਲਚਰਲ ਸੁਸਾਇਟੀ ਦੇ ਪ੍ਰੈਜ਼ੀਡੈਂਟ ਕੁਲਵੰਤ ਸਿੰਘ ਨੇ ਹੋਏ ਪ੍ਰੋਗਰਾਮ ਬਾਬਤ ਜਾਣਕਾਰੀ ਦਿੱਤੀ ਦਿੱਲੀ ਦੇ ਯਾਦ ਕਰਵਾਉਣ ਦੇ ਸੰਬੰਧ ਵਿੱਚ ਝੰਡਾ ਲਾਲ ਕਿਲੇ ਚੜ੍ਹਾਇਆ ਗਿਆ ਸੀਗਾ ਭਾਈ ਬਘੇਲ ਸਿੰਘ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਆ ਜਿਨ੍ਹਾਂ ਨੇ ਉਸ ਟਾਈਮ 'ਤੇ ਫਤਿਹ ਇਹ ਕਿਲੇ ਨੂੰ ਕੀਤਾ ਸੀਗਾ ਪੂਰੇ ਪੰਥ ਨੂੰ ਇਹ ਜਾਗਰਿਤ ਕਰਾਤਾ ਸਾਰੇ ਗੁਰਦੁਆਰੇ ਯਾਦ ਇਸੇ ਤਰ੍ਹਾਂ ਸੰਤ ਬਾਬਾ ਪ੍ਰੇਮ ਸਿੰਘ ਕਲਚਰਲ ਸੁਸਾਇਟੀ ਅਤੇ ਹੋਰ ਵੀ ਕਈ ਅਹੁਦੇਦਾਰਾਂ ਨੇ ਗਲੋਬਲ ਪੰਜਾਬ ਟੀਵੀ ਨਾਲ ਖਾਸ ਗੱਲਬਾਤ ਕੀਤੀ 22 ਮਾਰਚ 1783 ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਬਘੇਲ ਸਿੰਘ ਨੇ ਦਿੱਲੀ ਦੇ ਲਾਲ ਕਿਲੇ 'ਤੇ ਕੇਸਰੀ ਨਿਸ਼ਾਨ ਚਲਾ ਕੇ ਦਿੱਲੀ ਨੂੰ ਫਤਿਹ ਕੀਤਾ ਸੋ ਅੱਜ ਦੇ ਇਸ ਇਹਨਾਂ ਮਹਾਨ ਯੋਧਿਆਂ ਨੂੰ ਸਾਨੂੰ ਹਰ ਸਾਲ ਉੱਚੇ ਪੱਧਰ 'ਤੇ ਇਹਨਾਂ ਨੂੰ ਯਾਦ ਮਨਾਉਣੀ ਚਾਹੀਦੀ ਹੈ
दिल्ली लाल किले ते लाहौर ते पंजाब ते जिथे भी खालसे दे अपने निशान झूल रहे ने उत्थे खालसे ने राज कीता है अपने गुरधामां दी सेवा कीती है। सिख पंथ नूं अज दे महान दिवस ते जदों के सरदार सुखबीर सिंह जथेदार जस्सा सिंह रामगढ़िया ते जथेदार जस्सा सिंह आलूवालिया ने दिल्ली ते केसरी निशान चढ़ा के सिख राज की स्थापना की है समूह संगत नूं इस दिन ते लख लख वधाई होवे। इस तरह के प्रोग्राम होने बहुत जरूरी ने तां जो बच्चों नूं साडे इतिहास बाबत पता लग सके ते ओ सिखी दे नाल जुड़ सकन। न्यूयॉर्क तो गिल प्रदीप दे नाल बिंदरपाल ग्लोबल पंजाब टीवी लई। बीते दिन सैन फ्रांसिस्को तो इंडियन कौंसुलेट तो अंबैसडर वैंकटेश अशोक कैलिफोर्निया पुजे जिथे कि उन्हों का निघा स्वागत किया गया तो उन्होंने स्वागत लिए खास तैयारियों के नाल नाल विशेष डिनर का भी प्रबंध किया गया। पिछले हफ्ते लंघे शनिवार सैन फ्रांसिस्को इंडियन कौंसुलेट तो अंबैसडर श्री वैंकटेशन अशोक कैलिफोर्निया के शहर फ्रिजनो विखे पहुंचे। सब तो पहला वह फ्रिजनो स्टेट यूनिवर्सिटी विच पहुंचे जिथे उन्हों का स्वागत पंजाबी कम्यूनिटी की उगी शख्सियत डॉक्टर कपूर कांग्रेसमैन जिम कोस्टा यूनिवर्सिटी के कुलपति जोसफ कैस्ट्रो यूनिवर्सिटी स्टाफ और इंडियन स्टूडेंट यूनियन के नौजवान कारकुना ने किया जिथे कौंसुलेट जनरल श्री अशोक ने अपने भाषण दौरान अमेरिका और भारत के संबंधों में हो रही नेड़ता लोकतंत्र के हित लई वड्डा कदम दसिया। उत्थे ही उन्हां अमेरिकी प्रेजिडेंट बराक हुसैन ओबामा की भारत फेरी दोवां मुल्कां दे वपारक खेतरां लई एक महत्वपूर्ण कड़ी भी दसिया। इस तों बाद उन्हां फ्रिजनो के उगे किसान आगुआ ते बिजनेसमैना दे नाल दुपहर का लंच किया। इंडियन कौंसुलेट की आओ भगत लई शाम नूं एक शानदार डिनर का प्रबंध कौंसल ऑफ इंडियन ऑर्गनाइजेशन वालों संस्था के प्रधान पाल सहोता की सरप्रस्ती दे हेठ फ्रिजनो शहर के सब तो वड्डे पंजाबी रेस्टोरेंट एलीफेंट लॉज विच कीता गया जिथे कि पाल सहोता ने उन्होंने पूछा कि बहुत वारी असलाइम वाले केसों विच पंजाबियों नूं भारत लई वीजा लैण च भारी परेशानी आउंदी है। हालांकि ये लोग आर्थिक पक्षों रिफ्यूजी हैं ना कि किसी अपराधिक पिछोकड़ करके। इस दे जवाब विच कौंसुलेट जनरल ने कहा कि जिहड़े भारतीयों कोल इंडियन पासपोर्ट नहीं ਉਹ ਉਹਨਾਂ ਨੂੰ ਆਪਣੇ ਵੱਲੋਂ ਹਲਫੀਆ ਬਿਆਨ ਲਾ ਕੇ ਅਮੈਰੀਕਨ ਪਾਸਪੋਰਟ ਮੁਹੱਈਆ ਕਰਵਾਉਣ ਉਹਨਾਂ ਨੂੰ ਵੀਜ਼ਾ ਮਿਲ ਜਾਵੇਗਾ। ਬੋਲਣ ਵਾਲੇ ਬੁਲਾਰਿਆਂ ਵਿੱਚ ਅਮਰੀਕ ਸਿੰਘ ਵਿਰਕ ਡਾਕਟਰ ਅਰਜਨ ਸਿੰਘ ਜੋਸ਼ਨ ਕਾਂਗਰਸਮੈਨ ਜਿਮ ਕੋਸਟਾ ਮੁਨੀਸ਼ ਕਹੀ ਤੇ ਨਿੰਦਰ ਗਿੱਲ ਆਦਿ ਸ਼ਾਮਲ ਸੀ। ਵੀ ਆਰ ਆਲਸੋ ਟ੍ਰਾਈਂਗ ਟੂ ਬੀ ਐਜ਼ ਫਲੈਕਸੀਬਲ ਐਜ਼ ਪੋਸੀਬਲ ਇਫ ਯੂ ਗੈਟ ਯੋਰ ਅਮੈਰੀਕਨ ਸਿਟੀਜ਼ਨਸ਼ਿਪ ਯੂਜੂਅਲੀ ਔਨ ਦੀ ਅਮੈਰੀਕਨ ਪਾਸਪੋਰਟ ਦੇਰ ਇਜ਼ ਨੋ ਇੰਡੀਕੇਸ਼ਨ ਆਫ ਵਾਈ ਯੂ ਕੇਮ ਔਰ ਹਾਊ ਯੂ ਕੇਮ। The people of Punjab and Punjab origin and what's happened in the last 30 years in the state of Punjab. And I'm sure you're well aware of the situation, but we as community leaders or somebody that thinks we know somebody, we end up making personal phone calls to people such as yourself and your predecessors prior to that. Fresno, California to Neeta Macchike de naal Bindarpal Global Punjab TV lai. ਬਾਬਾ ਬੁੱਢਾ ਜੀ ਸੁਸਾਇਟੀ ਆਫ ਬਾਲਟੀਮੋਰ ਵੱਲੋਂ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਸੰਗਤ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਬਾਬਾ ਬੁੱਢਾ ਜੀ ਸੁਸਾਇਟੀ ਆਫ ਬਾਲਟੀਮੋਰ ਵੱਲੋਂ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਯਾਦ ਵਿੱਚ ਇੱਕ ਖਾਸ ਦਿਹਾੜਾ ਇੱਥੋਂ ਦੇ ਪ੍ਰਸਿੱਧ ਗੁਰੂ ਘਰ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਤੇ ਕੀਰਤਨੀ ਜਥਿਆਂ ਵੱਲੋਂ ਕੀਰਤਨ ਕੀਤੇ ਗਏ। ਰਸ ਮਹੀਨੇ ਕੀਰਤਨ ਅਤੇ ਪੰਥ ਦੇ ਵਿਦਵਾਨਾਂ ਵੱਲੋਂ ਕਥਾ ਵਿਚਾਰਾਂ ਦਾ ਆਨੰਦ ਵੀ ਮਾਣਿਆ ਗਿਆ। ਬਾਬਾ ਬੁੱਢਾ ਜੀ ਸੁਸਾਇਟੀ ਦੇ ਸੇਵਾਦਾਰਾਂ ਵੱਲੋਂ ਇਹ ਉਪਰਾਲੇ ਆਪਣੀ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਦੀ ਉਸ ਅਮੀਰ ਪਰੰਪਰਾ ਤੋਂ ਜਾਣੂ ਕਰਵਾਉਣ ਲਈ ਕੀਤੇ ਜਾਂਦੇ ਨੇ ਜਿਸ ਅਮੀਰ ਪਰੰਪਰਾ ਕਾਰਨ ਹਰ ਸਿੱਖ ਆਪਣੇ ਸਿੱਖ ਹੋਣ 'ਤੇ ਮਾਣ ਮਹਿਸੂਸ ਕਰਦਾ ਏ। ਬਾਬਾ ਦੀਪ ਸਿੰਘ ਜੀ ਨੇ ਦਰਬਾਰ ਸਾਹਿਬ ਦੀ ਮਰਿਆਦਾ ਅਤੇ ਪਵਿੱਤਰਤਾ ਲਈ ਨਾ ਸਿਰਫ ਆਪਣੀ ਕੁਰਬਾਨੀ ਹੀ ਦਿੱਤੀ ਬਲਕਿ ਆਪਣਾ ਸੀਸ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਭੇਟ ਕਰਨ ਦਾ ਆਪਣਾ ਵਚਨ ਵੀ ਪੂਰਨਤਾ ਦੇ ਨਾਲ ਨਿਭਾਇਆ। ਬਾਬਾ ਬੁੱਢਾ ਜੀ ਸੁਸਾਇਟੀ ਦੇ ਸਰਬਜੀਤ ਸਿੰਘ ਢਿੱਲੋਂ ਅਤੇ ਉਹਨਾਂ ਦੇ ਹੋਰ ਸਾਥੀਆਂ ਵੱਲੋਂ ਰਖਵਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ ਅਤੇ ਸਮੂਹ ਆਈ ਹੋਈ ਸੰਗਤ ਲਈ ਅਤੁੱਟ ਲੰਗਰ ਵੀ ਵਰਤਾਇਆ ਗਿਆ।
इस मौके उन्होंने ग्लोबल पंजाब टीवी नाल गलबात करदिया दस्या कि उन्होंने अपनी अगली पीढ़ी नूं सिख धर्म अते विरसे दे नाल जोड़ी रखने लई अपने गुरुआं संत महापुरशां अते उन्हां दे जीवन तो सेध लैण लई इहो जिहे समागम करने बहुत जरूरी ने, जिस विच कीर्तन दे नाल कथा विचारां राहीं अगली पीढ़ी नूं सिख इतिहास अते उन्हां नूं अपने गुरुआं दे जीवन नाल जोड़िया जावे। अज दा दिहाड़ा जो बाबा दीप सिंह जी दे संबंध विच मनाया गया है, ये बाबा बुढ़ा जी जिहड़ी सोसायटी है बाबा बुढ़ा जी उन्हां वल्लों मनाया गया, जिस दे विच संगतां दूरों नेड़ियों बहुत उत्साह दे नाल बहुत ही भारी गिणती विच पहुंचियां हन। ਬਾਲਟੀਮੋਰ ਤੋਂ ਸੁਖਪਾਲ ਸਿੰਘ ਧਨੋਆ ਦੇ ਨਾਲ ਬਿੰਦਰਪਾਲ ਗਲੋਬਲ ਪੰਜਾਬ ਟੀਵੀ ਲਈ। ਬੀਤੇ ਦਿਨੀ ਭਾਰਤ ਤੋਂ ਇੰਡੀਆ ਵਿਜ਼ਨ ਫਾਊਂਡੇਸ਼ਨ ਦੀ ਫਾਊਂਡਰ ਤੇ ਚੇਅਰਪਰਸਨ ਬੀਬੀ ਕਿਰਨ ਬੇਦੀ ਨਿਊਯਾਰਕ ਪਹੁੰਚੇ, ਜਿੱਥੇ ਕਿ ਉਹਨਾਂ ਨੇ ਸੰਸਥਾ ਲਈ ਫੰਡਰੇਜ਼ਿੰਗ ਪ੍ਰੋਗਰਾਮ ਵੀ ਕੀਤਾ। ਇੰਡੀਆ ਵਿਜ਼ਨ ਫਾਊਂਡੇਸ਼ਨ ਭਾਰਤ ਦੇ ਵਿੱਚ 20 ਸਾਲ ਪੁਰਾਣੀ ਇੱਕ ਇਹੋ ਜਿਹੀ ਸੰਸਥਾ ਹੈ ਜੋ ਕਿ ਉਹਨਾਂ ਬੱਚਿਆਂ ਦੀ ਸਹਾਇਤਾ ਕਰਦੀ ਹੈ ਜਿਨ੍ਹਾਂ ਦੇ ਮਾਪੇ ਕਿਸੇ ਕਾਰਨ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਨੇ। ਇੰਡੀਆ ਵਿਜ਼ਨ ਫਾਊਂਡੇਸ਼ਨ ਦੇ ਫਾਊਂਡਰ ਚੇਅਰਪਰਸਨ ਡਾਕਟਰ ਕਿਰਨ ਬੇਦੀ ਪਿਛਲੇ ਦਿਨੀ ਨਿਊਯਾਰਕ ਵਿੱਚ G30 ਪ੍ਰੋਗਰਾਮ ਤਹਿਤ ਇਸ ਫਾਊਂਡੇਸ਼ਨ ਦੇ ਇੱਕ ਰਿਚੀ ਰਿਚ ਪੈਲਸ ਵਿੱਚ ਰੱਖੇ ਇੱਕ ਫੰਕਸ਼ਨ ਦੇ ਵਿੱਚ ਸ਼ਾਮਲ ਹੋਏ। ਅਸਲ ਵਿੱਚ ਇਹ ਇੱਕ ਫੰਡਰੇਜ਼ਿੰਗ ਪ੍ਰੋਗਰਾਮ ਸੀ ਜੋ ਕਿ ਉਹਨਾਂ ਬੇਸਹਾਰਾ ਬੱਚਿਆਂ ਦੀ ਪਰਵਰਿਸ਼ ਵਿੱਚ ਲਗਾਇਆ ਜਾਵੇਗਾ ਜਿਨ੍ਹਾਂ ਦੇ ਮਾਤਾ ਪਿਤਾ ਕਿਸੇ ਆਰੋਪ ਕਰਕੇ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨੇ। ਉਹਨਾਂ ਬੱਚਿਆਂ ਦਾ ਇਸ ਵਿੱਚ ਕੋਈ ਕਸੂਰ ਨਹੀਂ ਹੈ, ਇਸੇ ਲਈ ਡਾਕਟਰ ਕਿਰਨ ਬੇਦੀ ਹੋਣੀ ਇੰਡੀਆ ਵਿਜ਼ਨ ਫਾਊਂਡੇਸ਼ਨ ਰਾਹੀਂ ਇਹਨਾਂ ਬੱਚਿਆਂ ਦੀ ਪੜ੍ਹਾਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਵਧੀਆ ਜੌਬਸ ਦਿਵਾਉਣ ਵਿੱਚ ਸਹਾਇਤਾ ਕਰਦੇ ਨੇ। ਇਸ ਨੋਬਲ ਕਾਜ਼ ਲਈ ਫੰਡ ਇਕੱਠੇ ਕਰਨ ਲਈ ਰਿਚੀ ਰਿਚ ਪੈਲਸ ਵਿੱਚ ਇੱਕ ਫੰਡਰੇਜ਼ਿੰਗ ਇਵੈਂਟ ਕਰਵਾਇਆ ਗਿਆ। ਫਲੋਰਾ ਪਾਰਿਕ ਨੇ ਇੰਡੀਆ ਵਿਜ਼ਨ ਫਾਊਂਡੇਸ਼ਨ ਦੇ ਕੰਮਾਂ ਬਾਰੇ ਸੰਖੇਪ ਦੇ ਵਿੱਚ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਹਨਾਂ ਦੇ ਮੁੱਖ ਰੂਪ ਵਿੱਚ ਭਾਰਤ 'ਚ ਕਈ ਕੰਮ ਨੇ। ਇੰਡੀਆ ਵਿਜ਼ਨ ਫਾਊਂਡੇਸ਼ਨ ਕਿਰਨ ਬੇਦੀ ਜੀ ਕੀ ਉਹ ਸੰਸਥਾ ਹੈ ਜੋ ਉਨ ਬੱਚੋਂ ਕੀ ਸਹਾਇ ਕਰਤੀ ਹੈ ਜਿਨ੍ਹੇ ਇੰਡੀਆ ਮੇਂ ਸਭਸੇ ਜ਼ਿਆਦਾ ਜ਼ਰੂਰਤ ਹੈ, ਜਿਨਕੇ ਮਾਂ ਬਾਪ ਕੋ ਜੇਲ੍ਹ ਹੋ ਗਈ ਹੈ ਔਰ ਉਨਕਾ ਕੇਸ ਸਾਲੋਂ ਸਾਲ ਚਲਤਾ ਰਹਿਤਾ ਹੈ, ਉਨਕਾ ਚੁਕਾਦਾ ਵੀ ਨਹੀਂ ਆਇਆ ਹੈ, ਪਤਾ ਵੀ ਨਹੀਂ ਹੈ ਕਿ ਉਹ ਗਿਲਟੀ ਹੈ ਵੀ ਜਾਂ ਨਹੀਂ, ਐਸੇ ਲੋਕੋ ਕੇ ਬੱਚੋਂ ਕੋ ਅਡਾਪਟ ਕਰਤੇ ਹੈ। ਰਿਚੀ ਰਿਚ ਪੈਲਸ ਦੇ ਮਾਲਕ ਤੇ ਇਸ ਫੰਡਰੇਜ਼ਿੰਗ ਪ੍ਰੋਗਰਾਮ ਦੇ ਮੁੱਖ ਸਪੋਂਸਰ ਜਰਨੈਲ ਸਿੰਘ ਨੇ ਡਾਕਟਰ ਕਿਰਨ ਬੇਦੀ ਜੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਖਾਸ ਕਰ ਦਿੱਲੀ ਦੇ ਵਿੱਚ ਜਿੰਨੇ ਵੀ ਅਨਿਆਤੇ ਲੋਕ ਜੇਲ੍ਹ ਵਿੱਚ ਹਨ ਉਹਨਾਂ ਦੇ ਬੱਚਿਆਂ ਦਾ ਵਿਚਾਰਾਂ ਦਾ ਕਸੂਰ ਨਹੀਂ, ਜਿਹੜਾ ਉਹਨਾਂ ਦੇ ਪਰਾਲੇ ਵਾਸਤੇ ਇਹਨਾਂ ਨੇ ਸਕੂਲ ਖੋਲ੍ਹੇ ਹਨ, ਉਹਨਾਂ ਦੇ ਬੱਚਿਆਂ ਨੇ ਟੇਕ ਕਰ ਰਹੇ ਹਨ, ਇਹ ਉਹਨਾਂ ਦੇ ਨਾਲ ਅਸੀਂ ਇਹਨਾਂ ਦੇ ਗ੍ਰਾਸ ਬਹੁਤ ਇਹਨਾਂ ਦੇ ਹੋਏ ਹਾਂ, ਬੜੇ ਵਧੀਆ ਕੰਮ ਕਰ ਰਹੇ ਹਨ ਅਤੇ ਰਾਸ ਕਰਦੇ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਵੀ ਉਹਨਾਂ ਨੂੰ ਆਉਣ ਸਮੇਂ 'ਚ ਇਹ ਹੋਰ ਵੀ ਵੱਧ ਤੋਂ ਵੱਧ ਸੇਵਾ ਕਰ ਸਕਣ ਸਮਾਜ ਦੀ। ਇਸ ਪ੍ਰੋਗਰਾਮ ਵਿੱਚ ਲੋਕ ਨਾਚਾਂ ਦੀਆਂ ਕੁਝ ਵੰਨਗੀਆਂ ਵੀ ਖਿੱਚ ਦਾ ਕੇਂਦਰ ਰਹੀਆਂ। ਡਾਕਟਰ ਕਿਰਨ ਬੇਦੀ ਹੋਣਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਉਹਨਾਂ ਦੀ ਪੁਰਾਣੀ ਆਦਤ ਹੈ, ਇਸੇ ਲਈ ਉਹਨਾਂ ਨੇ ਇਹ ਸੰਸਥਾ ਬਣਾਈਏ ਅਤੇ ਨਾਲ ਹੀ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਭਾਰਤੀਆਂ ਵੱਲੋਂ ਵੀ ਉਹਨਾਂ ਨੂੰ ਚੰਗਾ ਹੁੰਗਾਰਾ ਮਿਲਦਾ ਰਹਿੰਦਾ ਹੈ। ਇਹ ਪੁਰਾਣੀ ਆਦਤ ਹੈ, ਦੂਜਿਆਂ ਦਾ ਭਲਾ ਕਰਨਾ, ਦੂਜੇ ਵਾਸਤੇ ਅੱਛਾ ਸੋਚਣਾ, ਇਹ ਜਨਮ ਦੀ ਆਦਤ ਹੈ। ਮਾਂ ਬਾਪ ਤੋਂ ਸਿੱਖਿਆ ਸੀ ਕਿ ਦੂਜਿਆਂ ਦੇ ਕੰਮ ਆਉਣਾ, ਜ਼ਿੰਦਗੀ ਦੂਜਿਆਂ ਦੇ ਕੰਮ ਆਉਂਦੀ ਹੈ, ਪਹਿਲੇ ਆਪਣੀ ਜ਼ਿੰਦਗੀ ਬਣਾਓ ਤਾਂ ਕਿ ਦੂਜਿਆਂ ਦੀ ਜ਼ਿੰਦਗੀ ਤੁਸੀਂ ਬਣਾਉਂਦੇ ਜਾਓ। ਇਸ ਤਰ੍ਹਾਂ ਦੇ ਮਾਨਵਤਾ ਦੀ ਭਲਾਈ ਦੇ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਦਾ ਬਾਹਰਲੇ ਭਾਰਤੀਆਂ ਨੂੰ ਖੁੱਲ੍ਹ ਕੇ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਉਜਵਲ ਭਾਰਤ ਦੀ ਕਾਮਨਾ ਕੀਤੀ ਜਾ ਸਕੇ। ਅੱਜ ਰਿਚਮੰਡ ਹਿੱਲ ਦੇ ਰਿਚੀ ਰਿਚ ਰੈਸਟੋਰੈਂਟ ਦੇ ਵਿੱਚ ਇੱਕ ਈਵੈਂਟ ਹੋਇਆ ਇੰਡੀਆ ਵਿਜ਼ਨ ਫਾਊਂਡੇਸ਼ਨ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਉਹਨਾਂ ਬੱਚਿਆਂ ਦੀ ਸਹਾਇਤਾ ਲਈ ਦੀ ਗੁਹਾਰ ਲਗਾਈ ਗਈ ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਭਾਰਤ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਨੇ। ਇਹਨਾਂ ਬੱਚਿਆਂ ਦਾ ਕੀ ਕਸੂਰ ਆ? ਇਹਨਾਂ ਬੱਚਿਆਂ ਦੀ ਹੈਲਪ ਦੇ ਲਈ ਕਿਰਨ ਬੇਦੀ ਜੀ ਖਾਸ ਤੌਰ 'ਤੇ ਭਾਰਤ ਤੋਂ ਇਸ ਈਵੈਂਟ ਵਿੱਚ ਸ਼ਾਮਲ ਹੋਏ। ਲੋੜ ਹੈ ਇਸ ਤਰ੍ਹਾਂ ਦੇ ਉਪਰਾਲਿਆਂ ਨੂੰ ਹੁੰਗਾਰਾ ਦੇਣ ਦੀ। ਨਿਊਯਾਰਕ ਤੋਂ ਕੈਮਰਾਮੈਨ ਹਮਾਦ ਦੇ ਨਾਲ ਗਿੱਲ ਪ੍ਰਦੀਪ, ਗਲੋਬਲ ਪੰਜਾਬ ਟੀਵੀ। ਇੱਥੇ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਤੁਸੀਂ ਦੇਖਦੇ ਰਹੋ 30 ਮਿੰਟ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਸਿੱਖ ਅਮੈਰੀਕਨ ਚੈਂਬਰ ਆਫ ਕਮਰਸ ਵੱਲੋਂ 20 ਮਾਰਚ ਨੂੰ ਇੱਕ ਗਾਲਾ ਇਵੈਂਟ ਕਰਵਾਇਆ ਗਿਆ ਜਿਸ ਵਿੱਚ ਉੱਚ ਕੋਟੀ ਦੇ ਉਦਯੋਗਪਤੀਆਂ ਨੇ ਹਿੱਸਾ ਲਿਆ। ਸਿੱਖ ਅਮੈਰੀਕਨ ਚੈਂਬਰ ਆਫ ਕਮਰਸ ਅਮੈਰੀਕਾ ਵਿੱਚ ਇੱਕ ਇਹੋ ਜਿਹੀ ਸੰਸਥਾ ਹੈ ਜਿਸ ਵਿੱਚ ਪੰਜਾਬੀਆਂ ਨੂੰ ਛੋਟੇ ਬਿਜ਼ਨਸ ਤੋਂ ਲੈ ਕੇ ਵੱਡੇ ਕਾਰਪੋਰੇਟ ਬਿਜ਼ਨਸ ਵਿੱਚ ਮਦਦ ਕਰਦੀ ਹੈ।
ਸਿੱਖ ਅਮਰੀਕਨ ਚੈਂਬਰ ਆਫ ਕਾਮਰਸ ਦੀ ਸ਼ੁਰੂਆਤ 2011 ਵਿੱਚ ਕੀਤੀ ਗਈ ਸੀ ਤੇ ਇਸ ਦਾ ਮਕਸਦ ਸਿੱਖ ਕਮਿਊਨਿਟੀ ਨੂੰ ਬਿਜ਼ਨਸ ਦੇ ਵਿੱਚ ਕਾਮਯਾਬ ਕਰਨ ਲਈ ਸੇਧ ਦੇਣਾ ਸੀ ਤਾਂ ਜੋ ਸਿੱਖ ਕਮਿਊਨਿਟੀ ਦੀ ਬਿਜ਼ਨਸ ਵਿੱਚ ਸਕਸੈਸ ਰੇਟ ਵੱਧ ਸਕੇ। ਪਿਛਲੇ ਦਿਨੀਂ ਨਿਊਯਾਰਕ ਰਾਇਲ ਅਲਬਰਟ ਪੈਲਸ ਵਿਖੇ ਸਿੱਖ ਅਮਰੀਕਨ ਚੈਂਬਰ ਆਫ ਕਾਮਰਸ ਵੱਲੋਂ ਆਪਣਾ ਐਨੂਅਲ ਗਾਲਾ ਇਵੈਂਟ ਕਰਵਾਇਆ ਗਿਆ ਜਿਸ ਵਿੱਚ ਨਿਊਯਾਰਕ ਨਿਊਯਾਰਕ ਅਤੇ ਆਸ ਪਾਸ ਦੇ ਇਲਾਕਿਆਂ ਦੀਆਂ ਕਾਫ਼ੀ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਸ਼ਾਮਲ ਹੋਈਆਂ। ਇਸ ਪ੍ਰੋਗਰਾਮ ਦੀ ਖਾਸ ਗੱਲ ਇਹ ਰਹੀ ਕਿ ਇਸ ਵਿੱਚ ਪ੍ਰਸਿੱਧ ਤੇ ਸਫਲ ਬਿਜ਼ਨਸਮੈਨਾਂ ਨੇ ਆਪਣੇ ਤਜਰਬੇ ਯੰਗ ਜਨਰੇਸ਼ਨ ਦੇ ਨਾਲ ਸਾਂਝੇ ਕੀਤੇ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਸਿੱਖ ਅਮਰੀਕਨ ਚੈਂਬਰ ਆਫ ਕਾਮਰਸ ਦੇ ਇਸ ਗਾਲਾ ਇਵੈਂਟ ਵਿੱਚ ਗੈਸਟ ਸਪੀਕਰ ਦੇ ਤੌਰ ਤੇ ਉੱਚ ਕੋਟੀ ਤੇ ਬਿਜ਼ਨਸਮੈਨ ਸ਼ਾਮਲ ਹੋਏ ਜਿਨ੍ਹਾਂ ਨੇ ਆਪਣੀਆਂ ਸਫਲਤਾ ਦੀਆਂ ਕਹਾਣੀਆਂ ਆਏ ਹੋਏ ਮਹਿਮਾਨਾਂ ਦੇ ਨਾਲ ਸਾਂਝੀਆਂ ਕੀਤੀਆਂ ਤੇ ਦੱਸਿਆ ਕਿ ਕਿਵੇਂ ਉਹ ਮਿਹਨਤ ਦੇ ਨਾਲ ਬੁਲੰਦੀਆਂ ਨੂੰ ਛੂੰਹਦੇ ਗਏ। ਇਹਨਾਂ ਵਿੱਚੋਂ ਗੂਗਲ ਦੇ ਐਕਸ ਪ੍ਰੈਜ਼ੀਡੈਂਟ ਸੁਖਿੰਦਰ ਸਿੰਘ ਤੇ ਸਫਲ ਬਿਜ਼ਨਸਮੈਨ ਗੁਰਿੰਦਰ ਸਿੰਘ ਸੂਰੀ ਨੇ ਗਲੋਬਲ ਪੰਜਾਬ ਟੀਵੀ ਨਾਲ ਖਾਸ ਗੱਲਬਾਤ ਵੀ ਕੀਤੀ। I think it's no surprise that Sikhs are known to be entrepreneurs, entrepreneurial. If you were in Punjab, Canada, the US, the UK, you would see the same thing. So, you know, of course, I feel connected to the organization, not just because I'm Sikh. Well, I gave a lot of thought before coming here, and I was amazed by the progressive thinking of Sunny. You know, to create a platform like this, where you can provide entrepreneurial opportunities for Sikhs. Sikh American Chamber of Commerce ਦੇ ਪ੍ਰੈਜ਼ੀਡੈਂਟ ਨੇ ਇਸ ਪ੍ਰੋਗਰਾਮ ਬਾਰੇ ਦੱਸਿਆ। ਬਹੁਤ ਹੀ ਵਧੀਆ ਇਨਫੋਰਮੇਸ਼ਨ ਸ਼ੇਅਰ ਕੀਤੀ ਤੇ ਜਿਹਦੇ ਵਿੱਚ ਬੱਚਿਆਂ ਨੇ ਵੀ ਕੁਐਸਚਨ ਪੁੱਛੇ, ਪ੍ਰੋਫੈਸ਼ਨਲਸ ਨੇ ਕੁਐਸਚਨ ਪੁੱਛੇ ਤੇ ਬਹੁਤ ਹੀ ਸੋਹਣਾ ਪ੍ਰੋਗਰਾਮ ਹੋਇਆ। ਮੈਂ ਸਾਰੀ ਕਮਿਊਨਿਟੀ ਨੂੰ ਬਹੁਤ ਬਹੁਤ ਥੈਂਕ ਯੂ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਰਾ ਇਹ ਸਿੱਖ ਅਮਰੀਕਨ ਚੈਂਬਰ ਆਫ ਕਾਮਰਸ ਨੂੰ ਸਪੋਰਟ ਕੀਤਾ। ਇਸ ਤਰ੍ਹਾਂ ਸਥਾਪਿਤ ਬਿਜ਼ਨਸਮੈਨ ਆਪਣੇ ਬਿਜ਼ਨਸ ਦੇ ਕੌੜੇ ਮਿੱਠੇ ਤਜਰਬੇ ਸਾਂਝੇ ਕਰਕੇ ਨਵੇਂ ਬਿਜ਼ਨਸ ਵਾਲਿਆਂ ਨੂੰ ਸਹੀ ਰਾਹ ਦਿਖਾਉਂਦੇ ਨੇ। ਨਿਊਜਰਸੀ ਤੋਂ ਗਿੱਲ ਪ੍ਰਦੀਪ ਦੇ ਨਾਲ ਬਿੰਦਰਪਾਲ, ਗਲੋਬਲ ਪੰਜਾਬ ਟੀਵੀ। ਫ੍ਰੈਸਨੋ ਵਿੱਚ ਵਾਲੀਬਾਲ ਕਮੇਟੀ ਵੱਲੋਂ 4 ਤੇ 5 ਅਪ੍ਰੈਲ ਨੂੰ ਕਰਵਾਏ ਜਾਣ ਵਾਲੇ ਟੂਰਨਾਮੈਂਟ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਇਹ ਟੂਰਨਾਮੈਂਟ ਫ੍ਰੈਸਨੋ ਦੇ ਬੰਬੇ ਬਿਜ਼ਨਸ ਪਾਰਕ ਵਿੱਚ ਕਰਵਾਇਆ ਜਾ ਰਿਹਾ ਹੈ। ਸਥਾਨਕ ਵਾਲੀਬਾਲ ਕਮੇਟੀ ਵੱਲੋਂ ਦੂਜਾ ਸਾਲਾਨਾ ਵਾਲੀਬਾਲ ਸ਼ੂਟਿੰਗ ਅਤੇ ਬੱਚਿਆਂ ਦਾ ਸੌਕਰ ਟੂਰਨਾਮੈਂਟ ਮਿਤੀ 4 ਅਤੇ 5 ਅਪ੍ਰੈਲ ਨੂੰ ਫ੍ਰੈਸਨੋ ਦੇ ਮਸ਼ਹੂਰ ਬੰਬੇ ਬਿਜ਼ਨਸ ਪਾਰਕ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਨਾਲ ਰਸ਼ਾਕਸੀ ਅਤੇ ਘੋੜਸਵਾਰੀ, ਬਾਬਿਆਂ ਦੀਆਂ ਸੀਪ ਦੀਆਂ ਖੇਡਾਂ ਵੀ ਕਰਵਾਈਆਂ ਜਾਣਗੀਆਂ ਜਿਹੜੀਆਂ ਦਰਸ਼ਕਾਂ ਲਈ ਖਾਸ ਖਿੱਚ ਦਾ ਕੇਂਦਰ ਹੋ ਨਿਬੜਨਗੀਆਂ। ਇਹ ਪਾਰਕ ਬਿਲਮੌਂਟ ਅਤੇ ਹਾਈਵੇ 99 ਦੇ ਕਾਰਨਰ ਦੇ ਵਿੱਚ ਸਥਿਤ ਹੈ। ਇਸ ਖੁੱਲ੍ਹੇ ਟਰੱਕ ਯਾਰਡ ਵਿੱਚ ਪਾਰਕਿੰਗ ਦੀ ਕੋਈ ਵੀ ਮੁਸ਼ਕਲ ਨਹੀਂ ਹੈ। ਇਸ ਟੂਰਨਾਮੈਂਟ ਦੀ ਕੋਈ ਟਿਕਟ ਨਹੀਂ ਹੈ ਅਤੇ ਪਾਰਕਿੰਗ ਬਿਲਕੁਲ ਫ੍ਰੀ ਹੋਵੇਗੀ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਵਾਲੀਬਾਲ ਅਤੇ ਸੌਕਰ ਦੀਆਂ ਬਹੁਤ ਸਾਰੀਆਂ ਟੀਮਾਂ ਹੁਮ ਹੁਮਾ ਕੇ ਕੈਨੇਡਾ ਅਤੇ ਅਮਰੀਕਾ ਦੇ ਦੂਰ ਦੁਰਾਡੇ ਦੇ ਸ਼ਹਿਰਾਂ ਤੋਂ ਪਹੁੰਚ ਰਹੀਆਂ ਨੇ। ਪ੍ਰਬੰਧਕਾਂ ਵੱਲੋਂ ਸਮੁੱਚੇ ਭਾਈਚਾਰੇ ਨੂੰ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਸ ਟੂਰਨਾਮੈਂਟ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਕ ਅਹਿਮ ਮੀਟਿੰਗ ਬੰਬੇ ਬਿਜ਼ਨਸ ਪਾਰਕ ਵਿੱਚ ਕੀਤੀ ਗਈ, ਜਿਸ 'ਚ ਭਾਰਤ ਤੋਂ ਖਾਸ ਤੌਰ 'ਤੇ ਇਸ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸ਼੍ਰੋਮਣੀ ਕਮੇਟੀ ਮੈਂਬਰ ਜੁਗਰਾਜ ਸਿੰਘ ਦੌਧਰ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸਮੂਹ ਇਲਾਕੇ ਦੀ ਸੰਗਤ ਨੂੰ ਇਸ ਟੂਰਨਾਮੈਂਟ ਵਿੱਚ ਸ਼ਿਰਕਤ ਕਰਨ ਦੀ ਅਪੀਲ ਵੀ ਕੀਤੀ। ਬੰਬੇ ਬਿਜ਼ਨਸ ਪਾਰਕ ਫ੍ਰਿਜਨੋ ਦੇ ਵਿੱਚ ਵਾਲੀਬਾਲ ਟੂਰਨਾਮੈਂਟ ਕਮੇਟੀ ਫ੍ਰਿਜਨੋ ਵੱਲੋਂ ਬਹੁਤ ਹੀ ਵਧੀਆ ਅਤੇ ਸ਼ਾਨਦਾਰ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਵਾਲੀਬਾਲ, ਬੱਚਿਆਂ ਦੀ ਸ਼ੌਕਰ ਅਤੇ ਪੰਜਾਬ ਦੀ ਜਿਹੜੀ ਸਭ ਨਾਲੋਂ ਪੁਰਾਤਨ ਖੇਡ ਰਸ਼ਾਕਸ਼ੀ ਦੇ ਮੁਕਾਬਲੇ ਹੋਣਗੇ। ਉੱਗੇ ਕਬੱਡੀ ਪ੍ਰਮੋਟਰ ਅਤੇ ਟਰਾਂਸਪੋਰਟਰ ਸਰਦਾਰ ਨਾਜਰ ਸਿੰਘ ਸੋਹਤਾ ਨੇ ਦੱਸਿਆ ਕਿ ਰਵਾਇਤੀ ਖੇਡਾਂ ਨੂੰ ਜ਼ਿੰਦਾ ਰੱਖਣ ਦੇ ਮਕਸਦ ਦੇ ਨਾਲ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਅਤੇ ਉਹ ਸਮੂਹ ਪੰਜਾਬੀ ਭਾਈਚਾਰੇ ਤੋਂ ਸਹਿਯੋਗ ਦੀ ਮੰਗ ਕਰਦੇ ਨੇ। ਪੰਜਾਬ ਦੀ ਪੁਰਾਤਨ ਗੇਮ ਰੱਸੇ ਦੇ ਜ਼ੋਰ ਅਜਵਾਈ ਹੋਊਗੀ ਅਤੇ ਨਾਲ ਜਿਹੜੇ ਬਜ਼ੁਰਗ ਆਪਣੇ ਪਾਰਕਾਂ ਦੇ ਵਿੱਚ ਬੈਠੇ ਆ ਆਪਣੇ ਬ੍ਰੇਨ ਦੀ ਅਜਮਾਈ ਕਰਦੇ ਆ ਅਤੇ ਸੀਪ ਦੀਆਂ ਗੇਮਾਂ ਵੀ ਲੱਗਣਗੀਆਂ। ਫ੍ਰੈਸਨੋ ਵਾਲੀਬਾਲ ਕਮੇਟੀ ਦੇ ਮੋਢੀ ਮੈਂਬਰ ਬੱਬਲਾ ਢਿੱਲੋਂ ਨੇ ਕਿਹਾ ਕਿ ਇਸ ਟੂਰਨਾਮੈਂਟ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਅਤੇ ਹੁਣ ਉਹ ਆਸ ਕਰਦੇ ਨੇ ਕਿ ਦਰਸ਼ਕ ਵੱਡੀ ਗਿਣਤੀ ਵਿੱਚ ਪਹੁੰਚ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ। ਮੈਂ ਵਾਲੀਬਾਲ ਟੂਰਨਾਮੈਂਟ ਕਮੇਟੀ ਵੱਲੋਂ ਸਾਰੇ ਖੇਡ ਪ੍ਰੇਮੀਆਂ ਨੂੰ ਪੁਰਜ਼ੋਰ ਬੇਨਤੀ ਕਰਦਾ ਕਿ ਉਹ ਆਉਂਦੀ 4-5 ਅਪ੍ਰੈਲ ਨੂੰ ਬੰਬੇ ਬਿਜ਼ਨਸ ਪਾਰਕ ਦੇ ਵਿੱਚ ਜ਼ਰੂਰ ਪਹੁੰਚਣ, ਕਿਉਂਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਸਾਰਿਆਂ ਦਾ, ਸਾਰੇ ਦੋਸਤਾਂ ਮਿੱਤਰਾਂ ਦਾ, ਸਾਰਿਆਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ। ਫ੍ਰੈਸਨੋ ਤੋਂ ਨੀਟਾ ਮਾਛੀਕੇ ਨਾਲ ਬਿੰਦਰਪਾਲ, ਗਲੋਬਲ ਪੰਜਾਬ ਟੀਵੀ ਲਈ।
19 अप्रैल को राजस्थान एसोसीएशन ऑफ नॉर्थ अमेरिका वालों होली नू मुख रखद एक ईवेंट करवाया जा रहा है। तो इस ईवेंट दी तैयारियों का जायजा लैण लई लोंग आइलैंड के मशहूर रेस्टोरेंट मिंट विखे एक मीटिंग की गई। न्यूयॉर्क के लोंग आइलैंड के प्रसिद्ध रेस्टोरेंट मिंट विच पिछले दिनी न्यूयॉर्क दीयां सारियां प्रमुख संस्थावां दे अहुदेदारां दी मीटिंग राणा यानी कि राजस्थान एसोसीएशन ऑफ नॉर्थ अमेरिका वालों रखी गई, जिस विच अप्रैल 19 नूं करवाए जा रहे होली दे इवेंट बाबत विचार कीती गई। राणा एक इहो जी संस्था है जो कि नॉर्थ अमेरिका विच रहिंदे होए भारती लोकां नूं अपने विरसे ते अपनी त्यौहारां दे नाल जोड़ के रखण लई हर हीला वसीला करदी रहिंदी है। इस लई हुण 19 अप्रैल नूं होली दे संबंध विच एक विशाल प्रोग्राम राणा वल्लों उलीकिया गया है। इतिहासक त्यौहार होली दे मौके ते न्यूयॉर्क विच रहिंदे भारती लोकां नूं भारती संस्कृति दे नाल जोड़न लई राणा वल्लों 19 अप्रैल नूं एक विशाल प्रोग्राम करवाया जाएगा, जिस विच हाथियां ऊठां घोड़ियां अते बैलगड्डियां दे नाल परेड देखण योग होवेगी। नाल ही इस होली दे प्रोग्राम विच ट्रेडिशनल फोक म्यूजिक ढोल खास खिच दा केंद्र रहणगे। कॉमेडी एंटरटेनमेंट ते होर भी बहुत कुछ इस प्रोग्राम विच होणगे जो कि आने वाले लोगों नूं भारत की संस्कृति दे नाल जोड़दे विखाई देणगे। ये प्रोग्राम 19 अप्रैल दिन एतवार नूं बेस्टवेरी दे सनी कॉलेज विच सवेरे 11:30 बजे ते शामी 6:30 बजे तक होणगे। आज की जो मीटिंग है वो बहुत बड़ा प्रोग्राम है जो राजस्थान एसोसिएशन ऑफ नॉर्थ अमेरिका करने जा रही है। 19 अप्रैल को होगा वो प्रोग्राम और इस दिन हम बहुत तीन बड़े त्यौहारों का सेलिब्रेट करेंगे, जैसे कि अपने हिंदुओं का जो बहुत बड़े बड़े त्यौहार होते हैं ये होली तीज, और तो उसके लिए सारी तैयारियां करी जा रही है। तो असी डिफरेंट डिफरेंट क्योंकि ये राजस्थान एसोसिएशन ने एक बड़ी वधिया उपराला किया है कि उन्होंने खाली राजस्थान का तरफ नहीं ध्यान दिता, साउथ इंडिया के जो डिफरेंट डिफरेंट होर कल्चर है जिदा कि साउथ इंडिया का नॉर्थ इंडिया का सारा उन्होंने सबनों इनवाइट किया है सबनों। मैं अपने वालों ये मैसेज दिना कि ये जो प्रोग्राम है ये कराणा वाले का अकेलिया का नहीं है, ये एक हिंदुस्तान साढ़े टोटल कंप्लीट इंडिया रिप्रजेंट कर रहे हैं, तो उस करके सानू सारियां नूं सहयोग देना चाहिए। जिवें कि जेडे कि राजस्थान के ट्रडिशनल डांसिस और कल्चर प्रोग्राम्स ने उहदे अलावा उहदे च भांगड़ा और बाकी पंजाबी और होर तरह के हिंदुस्तान के कल्चर प्रोग्राम शामिल होणगे। मिंट रेस्टोरेंट दे विच एक मीटिंग हुई जिहदे विच ये फैसले किए गए भी किस तरह के नाल इस त्यौहार नूं धूमधाम दे नाल मनाया जाना है न्यूयॉर्क दे विच अमेरिका दे विच। कैमरामैन हमाद दे नाल मैं गिल प्रदीप ग्लोबल पंजाब टीवी लई। 30 मिनट के इस प्रोग्राम विच एना ही, मैनू पुरनीत कौर नूं दिओ इजाजत, अगले हफ्ते फिर हाजिर होवांगी खास प्रोग्रामां दीआं खास झलकियां दे नाल। तद तक लई सत श्री अकाल।